ਸਤਿ ਸ੍ਰੀ ਅਕਾਲ ਜੀ ਯੋਧੇ ਕਿਸਾਨ ਸੰਘਰਸ਼ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਇਸ ਵਕਤ ਸਿੰਘੂ ਬਾਰਡਰ ਤੋਂ ਜਿਹੜੇ ਸਾਡੇ ਨਾਲ ਕਿਸਾਨ ਜੁੜੇ ਹੋਏ ਨੇ ਜਿਵੇਂ ਤੁਸੀਂ ਵੇਖ ਸਕਦੇ ਹੋ ਕਿ ਪਿੱਛੇ ਸਾਡੇ ਜਿਹੜੀ ਉਹ LCD ਚੱਲ ਰਹੀ ਹੈ ਅਤੇ ਸ਼ਾਮ ਦਾ ਵੇਲਾ ਰਹਿਰਾਸ ਦਾ ਵੇਲਾ ਸੰਗਤਾਂ ਨੇ ਜਿਹੜੀਆਂ ਉਹ ਜਿੱਥੇ ਗੁਰੂ ਰਸ ਸਰਵਣ ਕਰ ਰਹੀਆਂ ਨੇ ਅਤੇ ਇੱਥੇ ਕਿਸਾਨ ਭਰਾ ਸਾਡੇ ਇਸ ਵਕਤ ਅਸੀਂ ਲੰਘ ਰਹੇ ਸੀ ਤਾਂ ਟਰਾਲੀ ਦੇ ਵਿੱਚ ਬੈਠੇ ਨੇ ਘਰਾਂ ਨੂੰ ਛੱਡ ਕੇ ਇਹ ਪੋਹ ਮਾਗ ਦੀਆਂ ਠੰਡਾਂ ਦੇ ਵਿੱਚ ਘਰ ਨੂੰ ਛੱਡ ਕੇ ਜਿਹੜਾ ਬਾਹਰ ਆ ਕੇ ਕਿਸਾਨ ਸੰਘਰਸ਼ ਦੇ ਵਿੱਚ ਨਿਤਰੇ ਨੇ ਉਹ ਕੀ ਸੋਚਦੇ ਨੇ ਕਿਸਾਨ ਸੰਘਰਸ਼ ਦੇ ਬਾਰੇ ਅਤੇ ਕੀ ਉਹਨਾਂ ਦੀ ਜਿਹੜੀ ਅਗਲੀ ਰਣਨੀਤੀ ਹੈ ਅਤੇ ਸ਼ਾਮ ਦਾ ਸਮਾਂ ਉਹ ਕਿਵੇਂ ਪਰਮਾਤਮਾ ਅੱਗੇ ਗੁਜ਼ਾਰ ਰਹੇ ਨੇ ਅਤੇ ਕੀ ਅਰਜ਼ੋਈਆਂ ਇਸ ਵਕਤ ਹੋ ਰਹੀਆਂ ਨੇ ਆਪਾਂ ਗੱਲਬਾਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ। ਕਿਹੜੀ ਜਗ੍ਹਾ ਤੋਂ ਆ ਜੀ ਆਪਾਂ, ਕਿਹੜਾ ਪਿੰਡ ਆ? ਸਭ ਤੋਂ ਪਹਿਲਾਂ ਤਾਂ ਮੈਂ ਚਾਹੂੰਗਾ ਦਰਸ਼ਕਾਂ ਨੂੰ ਆਪਾਂ ਇਹ ਦੱਸੀਏ। ਮੈਂ ਰਣਧੀਰ ਸਿੰਘ ਜੀ, ਪਿੰਡ ਰੋੜਕੀ, ਜ਼ਿਲ੍ਹਾ ਜਲੰਧਰ, ਤਹਿਸੀਲ ਫਲੌਰ ਜੀ, ਉੱਥੋਂ ਬਿਲੋਂਗ ਕਰਦੇ ਹਾਂ। ਅਸੀਂ ਪਿਛਲੇ 25 ਤਰੀਕ ਤੋਂ ਇੱਥੇ ਤੁਰੇ ਹਾਂ ਤਾਂ 25 ਤਰੀਕ ਦੇ 27 ਤਰੀਕ ਦੇ ਜਾ ਕੇ ਮੋਰਚੇ ਕੱਢਿਓ ਆ ਅਤੇ ਗੁਰੂ ਸਾਹਿਬ ਦੀ ਬੜੀ ਅਪਾਰ ਕਿਰਪਾ ਆ, ਹਰ ਇੱਕ ਸਾਹਿਬ ਨੂੰ ਸੱਕ ਸਹੂਲਤ ਆ। ਅਤੇ ਨੰਬਰ 2 ਅਸੀਂ ਜਿਹੜੇ ਇੱਥੇ ਦੇ ਹਰਿਆਣੇ ਦੇ ਵਸਨੀਕ ਆ ਅਤੇ ਖਾਸ ਕਰ ਤੁਹਾਡੇ ਅੜਕੇ ਜਿਹੜੇ ਮੀਡੀਆ ਵੀਰ ਆ ਜਿਹੜੇ ਸਾਡੀ ਆਵਾਜ਼ ਨੂੰ ਵਰਲਡ ਦੇ ਵਿੱਚ ਪਹੁੰਚਾਉਂਦੇ ਆ, ਉਹਨਾਂ ਦਾ ਵੀ ਤਹਿ ਦੇ ਦਿਲ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਦਿੱਲੀ ਦੀਆਂ ਸੰਗਤਾਂ ਆ, ਹਰਿਆਣੇ ਦੀਆਂ ਸੰਗਤਾਂ ਆ, ਹੋਰ ਵੀ ਮੇਰੇ ਵੀਰ ਯੂਪੀ ਤੋਂ ਵੀ ਆਉਂਦੇ ਆ, ਹਰ ਇੱਕ ਬੰਦੇ ਦਾ ਹੀ ਜਿਹੜਾ ਅਸੀਂ ਕਦੀ ਜ਼ਿੰਦਗੀ ਦੇ ਵਿੱਚ ਇਹ ਚੀਜ਼ ਸੋਚੀ ਨਹੀਂ ਸੀ ਵੀ ਸਾਨੂੰ ਇੰਨਾ ਲੋਕ ਸਹਿਯੋਗ ਦੇਣਗੇ। ਜਿੰਨਾ ਕਿ ਲਾ ਲਓ ਬਈ 50% ਸੋਚਦੇ ਸੀ, ਸਾਨੂੰ 110% ਲੋਕਾਂ ਦਾ ਸਹਿਯੋਗ ਮਿਲਿਆ। ਜਿੱਦਾਂ ਕਿ ਸਰਕਾਰਾਂ ਨੇ ਸਾਨੂੰ ਲੋਕਾਂ ਨੂੰ ਡਰਾਇਆ ਸੀਗਾ ਵੀ ਇਹ ਬੜੇ ਇੱਕ ਖਤਰਨਾਕ ਬੰਦੇ ਆ, ਅਪਰਾਧਕ ਪਿਛੋਕੜ ਆ ਇਹਨਾਂ ਦਾ, ਜਿੱਦਾਂ ਸਾਨੂੰ ਇਹ ਕਹਿੰਦੇ ਜਰੈਮ ਪੇਸ਼ਾ ਕੌਮ ਆ, ਪਰ ਉਹ ਇੱਥੇ ਲੋਕਾਂ ਨੇ ਸਾਨੂੰ ਬੜਾ ਸਹਿਯੋਗ ਦਿੱਤਾ। ਅਸੀਂ ਘਰ ਵੀ ਜਾਂਦੇ ਕਹਿੰਦਾ ਲੋਕ ਸਾਨੂੰ ਇੱਦਾਂ ਇੱਜ਼ਤ ਮਾਣਨਾ, ਜਿੱਦਾਂ ਬਹੁਤ ਵੱਡੇ VIP ਬੰਦੇ ਹੁੰਦੇ ਆ, ਉਸ ਨਜ਼ਰੀਏ ਨਾਲ ਸਾਨੂੰ ਲੋਕ ਦੇਖਦੇ ਆ। ਜੋ ਸਰਕਾਰ ਨੇ ਕਰਨਾ ਚਾਹੁੰਦੀ ਸੀ ਉਹ ਸਾਰੇ ਆਪਣੇ ਮਨਸੂਬੇ, ਉਹਦੇ ਕੋਈ ਵੀ ਕਾਮਯਾਬ ਨਹੀਂ ਹੁੰਦਾ, ਹਰ ਇੱਕ ਚੀਜ਼ ਉਹਨਾਂ ਦੀ ਫੇਲ ਹੋ ਗਈ ਆ। ਚਾਹੇ ਉਹ ਕਿਸਾਨਾਂ ਨੂੰ ਕਹੀ ਜਾਂਦੇ ਸੀ ਅਨਪੜ੍ਹ ਆ, ਇਹ ਉਹ ਵੀ ਤੁਸੀਂ ਵੀ ਦੇਖਦੇ ਆ, ਅਸੀਂ ਹੁਣ ਮੀਡੀਆ ਦੇ ਘਰ ਵੀ ਦੇਖਦੇ ਹਾਂ, ਅਸੀਂ ਨੈੱਟ ਵੀ ਯੂਜ ਕਰਦੇ ਹਾਂ, ਹਰ ਇੱਕ ਚੀਜ਼ ਸਾਡਾ ਜਿਹੜਾ ਗਾਂ ਦਾ ਨੌਜਵਾਨ ਪੀੜ੍ਹੀ ਉਹ ਸਾਡੇ ਨਾਲ ਵੀ ਗਾਂ ਕਲੈਵਰ ਹੋ ਗਏ ਆ, ਪੜ੍ਹ ਲੈ ਗਏ ਆ। ਉਹ ਪਹਿਲੇ ਵਾਲੀਆਂ ਗੱਲਾਂ ਨਹੀਂ ਰਹੀਆਂ ਕਿ ਸਾਨੂੰ ਉੱਦਾਂ ਹੀ ਮਿੱਠੀਆਂ ਗੋਲੀਆਂ ਦੇ ਕੇ ਬੇਵਕੂ ਬਣਾਈ ਜਾਣਗੇ। ਇਸੇ ਤਰ੍ਹਾਂ ਸਾਡੀਆਂ ਕਿਸਾਨ ਜਥੇਬੰਦੀਆਂ ਆ, ਉਹ ਵੀ ਬੜਾ ਟੋਟ ਹੋ ਕੇ ਪੈਰ ਰੱਖਦੇ ਵੀ ਕਿਸੇ ਵੀ ਤਰ੍ਹਾਂ ਦਾ ਸਾਨੂੰ ਕੋਈ ਬਲੇਮ ਨਾ ਆਵੇ ਜਾਂ ਸਾਨੂੰ ਆਪਣੇ ਉਹ ਤਾਣੇ ਬਾਣੇ 'ਚ ਲਿਜਾ ਕੇ ਵੀ ਕਰ ਸਾਨੂੰ ਕਿਸੇ ਸਾਡੇ ਸੰਘਰਸ਼ ਨੂੰ ਫੇਰ ਹਿੱਲਾਂ ਕਰ ਸਕਣ, ਕਿਉਂਕਿ ਜਿਹੜੀ ਸਰਕਾਰ ਆ ਉਹ ਕਦੀ ਖਾਲਿਸਤਾਨ ਦਾ ਮੁੱਦਾ ਜਾਂਦੀ ਆ, ਕਦੀ ਉਹ SBI ਨਹਿਰ ਦਾ ਪਾਣੀ ਦਾ ਕੱਢ ਲੈਂਦੀ ਆ, ਕਦੀ ਜੇ ਕਾਮਰੇਡ ਵੀਰ ਆਉਂਦੇ ਦਾ ਉਹ ਮਾਓਵਾਦੀਆਂ ਵਾਲਾ ਬਣਾ ਲੈਂਦੀ ਆ, ਹਰ ਇੱਕ ਚੀਜ਼ ਉਹ ਜਾਣੀ ਸੰਘਰਸ਼ ਉਹਨਾਂ ਦਾ ਹਰ ਇੱਕ ਪਾਸੇ ਹੀ ਫੇਲ ਹੋ ਗਿਆ। ਉਹਨੀ ਚਾਲਾਂ ਬਹੁਤ ਚੱਲੀਆਂ ਪਰ ਉਹ ਕੋਈ ਵੀ ਚਾਲ ਉਹਨਾਂ ਦੀ ਕਾਮਯਾਬ ਨਹੀਂ ਹੋਈ। ਇਹ ਤੁਹਾਡੇ ਵਰਗੇ ਮੀਡੀਆ ਵਾਲਿਆਂ ਦਾ ਸੰਯੋਗ ਆ, ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਜਿਹੜਾ ਸਾਡਾ ਇੰਡੀਆ ਦਾ ਗੋਦੀ ਮੀਡੀਆ ਉਹ ਬਿਲਕੁਲ ਵਿਕ ਚੁੱਕਿਆ ਆ, ਉਹ ਸਾਡੀ ਖਬਰ ਬਹੁਤ ਘੱਟ, ਜਿੱਦਾਂ ਹੁਣ ਤਾਂ ਉਹਨਾਂ ਨੂੰ ਜਿੱਦਾਂ ਵੀ ਕਹਿੰਦੇ ਗਲ ਤੱਕ ਪਾਣੀ ਆ ਗਿਆ ਤਾਂ ਮਾੜੀ ਮੋਟੀ ਦਿਖਾਲਣੀ ਪੈਂਦੀ ਆ, ਨਹੀਂ ਤਾਂ ਨਹੀਂ ਦਿਖਾਲਦੇ ਸਾਡੀ ਖਬਰ। ਜਿਸ ਤਰ੍ਹਾਂ ਭਾਈ ਸਾਹਿਬ ਉਹਨਾਂ ਨੇ ਦੱਸਿਆ ਕਿ ਜਿਹੜਾ ਇਸ ਵਕਤ ਸਰਕਾਰ ਚਾਰੇ ਪਾਸਿਆਂ ਤੋਂ ਘਿਰ ਗਈ ਹੈ, ਸਰਕਾਰ ਦੀ ਮਜਬੂਰੀ ਬਣ ਗਈ ਹੈ ਕਿ ਕਿਸਾਨਾਂ ਦੀ ਗੱਲ ਸੁਣੀ ਜਾਵੇ, ਬੜੇ ਇਲਜ਼ਾਮਾਂ ਦੀ ਗੱਲ ਹੋਈ ਜਿਵੇਂ ਉਹ ਦੱਸ ਰਹੇ ਨੇ, ਤੁਸੀਂ ਕੀ ਸਮਝਦੇ ਹੋ ਹੁਣ ਕਿੱਥੇ ਕੁ ਖੜੀ ਹੈ ਆਪਣੀ ਸਥਿਤੀ ਹੈ ਜਿਹੜੀ? ਪਹਿਲਾਂ ਤੁਹਾਡਾ ਅਸੀਂ ਬਹੁਤ ਤਹਿ ਦਿਲੋਂ ਧੰਨ ਕਰਦੇ ਹਾਂ, ਇੱਥੇ ਆਇਆਂ ਨੂੰ ਤੁਹਾਡਾ ਸਤਿਕਾਰ ਕਰਦੇ ਹਾਂ, ਤੁਹਾਡਾ ਪਿਆਰ ਕਰਦੇ ਹਾਂ। ਜਿਹੜੀ ਇਸ ਮੀਡੀਆ ਰਾਹੀਂ ਲੋਕ ਦੇਸ਼ ਪ੍ਰਦੇਸ਼ ਦੇ ਵਿੱਚ ਸੁਣ ਰਹੇ ਆ, ਉਹਨਾਂ ਪਹਿਲਾਂ ਹੱਥ ਜੋੜ ਕੇ ਮੈਂ ਉਹਨਾਂ ਦਾ ਸਤਿ ਸ੍ਰੀ ਅਕਾਲ ਬੁਲਾਉਂਦਾ, ਉਹਨਾਂ ਦੇ ਬਹੁਤ ਉਹਨਾਂ ਦਾ ਧੰਨਵਾਦ ਆ, ਉਹ ਸਾਡੇ ਲਈ ਅਰਦਾਸਾਂ ਕਰ ਰਹੇ ਆ। ਉਹ ਉਹਨਾਂ ਅਸੀਂ ਸਾਨੂੰ ਤਾਂ ਇੱਥੇ ਠੰਡ ਨੂੰ ਸਾਨੂੰ ਨਹੀਂ ਲੱਗਦੀ, ਅਸੀਂ ਉਹ ਮਹਾਰਾਜ ਦੇ ਬੰਦੇ ਹਾਂ, ਉਹ ਪਰ ਸਾਡੇ ਲਈ ਜਿਹੜੀ ਅਰਦਾਸਾਂ ਕਰਦੇ ਆ ਉਹ ਸਾਨੂੰ ਸਫਰ ਆ। ਅਸੀਂ ਜਦ ਤੁਰੇ ਸੀਗੇ ਸਾਨੂੰ ਬਾਣੀ ਦੇ ਅਸੀਂ ਉੱਠਦਾ ਸਾਰਾ ਲੱਗ ਰਹੀ, ਜਨ ਲੱਗਾ ਹਰ ਇੱਕ ਨਾਏ ਤਿਸਕੀ ਆਸ ਨਾ ਬੈਠੀ ਜਾਏ, ਅਸੀਂ ਪੂਰੀ ਆਸ ਨਾਲ ਆਏ ਹਾਂ ਵੀ ਅਸੀਂ ਮੋਰਚਾ ਜਿੱਤ ਕੇ ਜਾਵਾਂਗੇ। ਹੁਣ ਜਿਹੜਾ ਮੋਦੀ ਆ, ਅਸੀਂ ਫਿਰ ਵੀ ਬੇਨਤੀ ਕਰਦੇ ਹਾਂ, ਚਲੋ ਅਸੀਂ ਇੱਦਾਂ ਕਿਸੇ ਨੂੰ ਮਾੜਾ ਨਹੀਂ ਕਰਦੇ, ਉਹਨੂੰ ਪਰ ਚਾਹੀਦਾ ਉਹ ਜਾ ਕੇ ਦੇ ਲਓ, ਕਦੇ ਗੁਜਰਾਤ ਦੇ ਵਿੱਚ, ਕਦੇ ਕਿਸੇ ਹੋਰ ਪਾਸੇ ਜਾ ਕੇ। ਹੁਣ ਉੱਦਾਂ ਕਹਿੰਦਾ ਮੈਂ ਕਿਸਾਨਾਂ ਦੇ ਨਾਲ ਆ ਵੀ ਤੂੰ ਸਾਡੇ ਕੋਲ ਆ ਨਹੀਂ ਸਕਦਾ, ਉਹ ਅੱਜ ਵੀ ਇੱਥੇ ਸਾਡੇ ਨਾਲ ਗੱਲ ਕਰੇ, ਉਹ ਤੁੰਬਰ ਆ, ਉਹ ਬੰਦੇ ਥੋੜ੍ਹੇ ਜਿਹਾ ਪੈਸੇ ਦੇ ਕੇ ਝੂਠੇ ਜਿੱਦਾਂ ਅਸੀਂ ਅੱਗੇ ਲਿਜਾਂਦੇ ਹੁੰਦੇ ਅਕਾਲੀਆਂ ਨੂੰ, ਨਾਲ ਪੈਸੇ ਲੈ ਕੇ ਟਰਾਲੀਆਂ ਭਰ ਕੇ ਲੈ ਜਾਣੇ, ਉਹ ਵੀ ਆ ਪੈਸੇ ਜਿਹੇ ਲੈ ਕੇ ਉੱਥੇ ਮੀਟਿੰਗਾਂ ਕਰੀ ਜਾਂਦਾ, ਕੋਈ ਫਾਇਦਾ ਥੋੜ੍ਹੋ ਆ। ਸਾਹਮਣੇ ਆਇਆ ਸੀ ਵੀ ਉਹ ਮੀਟਿੰਗ ਹੋ ਰਹੀ ਹੈ ਇੱਕ, ਉਹਦੇ ਵਿੱਚ ਕਿਸਾਨ ਬੈਠੇ ਦਿਖਾਏ, ਝੂਠੀਆਂ ਕਰਦੇ ਆ, ਅਸਲੀ ਤਾਂ ਕਿਸਾਨ ਆ ਬੈਠੇ ਆ, ਸਾਡੇ ਤਾਂ ਮਾਤਾ ਕਿੰਨੀਆਂ ਬਜ਼ੁਰਗ ਬੈਠੇ ਆ, ਕਿੰਨੀਆਂ ਮੌਤਾਂ ਹੋ ਗਈਆਂ ਸਾਡੀਆਂ, ਕਿੰਨੇ ਸ਼ਿਕਾਇਤ ਦੇ। ਹੁਣ ਜਿਹੜੇ ਅਸੀਂ ਤਾਂ 6 ਮਹੀਨੇ ਦਾ ਰਾਸ਼ਨ ਪਹਿਲਾਂ ਤੁਰੇ ਸੀਗੇ ਵੀ ਲੈ ਕੇ ਤੁਰੇ ਹਾਂ, ਔਰ ਤੁਸੀਂ ਦੇਖ ਲਓ ਵੀ ਆ ਕਿੰਨਾ ਸਮਾਨ ਪਿਆ, ਆ ਕਿੰਨਾ ਕੁਛ, ਇਹ ਸਾਡੀ ਨਹੀਂ ਹੈ, ਇਹ ਸਾਰੀ ਮਿਹਰ ਹੈਗੀ ਅਕਾਲ ਪੁਰਖ ਦੀ। ਇੱਥੇ ਨਵਾਂ ਇਤਿਹਾਸ ਇੱਦਾਂ ਹੋਇਆ, ਸਾਨੂੰ ਆਪ ਨਹੀਂ ਪਤਾ ਲੱਗਦਾ ਵੀ ਇਹ ਇੱਦਾਂ ਇਕੱਠ ਕਾਹਦੇ ਹੋਇਆ, ਕਿੱਦਾਂ ਅਸੀਂ ਇਕੱਠੇ ਹੋ ਗਏ, ਸਾਨੂੰ ਚੀਜ਼ਾਂ ਦਾ ਨਹੀਂ ਪਤਾ ਲੱਗਦਾ ਵੀ ਇੱਥੇ ਕਿੱਥੋਂ ਆ ਰਹੀਆਂ, ਇਹ ਬਾਬੇ ਦਾ ਕਿੰਨਾ ਖੇਲ ਆ, ਇਹ ਅਕਾਲ ਪੁਰਖ ਦੀ ਇੰਨੀ ਓਟ ਅਤੇ ਆਸਰਾ ਆ, ਇਹ ਸਾਰਾ ਮਿਹਰ ਉਹਦੀ ਆ। ਜੇ ਇੱਥੇ ਹੁਣ ਇੱਥੇ ਆ ਕੇ ਬਹਿ ਗਏ, ਸਾਨੂੰ ਇੱਦਾਂ ਲੱਗਦਾ ਜਿੱਥੇ ਬਹਿ ਮੇਰਾ ਸਤਿਗੁਰੂ ਸੁਸਥਾਨ ਸਹਾਵਾ ਰਾਜ ਰਾਜੇ, ਇਹ
ਸਾਨੂੰ ਪਿੱਛੇ ਦਾ ਪਤਾ ਹੀ ਨਹੀਂ ਲੱਗਦਾ ਇੱਥੇ ਤੇ ਹੁਣ ਕੋਈ ਸਾਨੂੰ ਤਲੰਗੀ ਨਹੀਂ ਹੈ ਪਿੱਛੋਂ ਵੀ ਸਾਨੂੰ ਇੰਨੀ ਹੈਲਪ ਆ ਵੀ ਘਰ ਵਾਲੇ ਬਾਹਰ ਬੱਚੇ ਗਏ ਵਾ ਉਹ ਕਹਿੰਦੇ ਡਟੇ ਰਹੋ ਬਸ ਤੁਸੀਂ ਜਿਹੜੇ ਸੇਵਾ ਕਰਦੇ ਆ ਸੇਵਾ ਰੱਖ ਲਓ ਪਰ ਸਾਡੇ ਕਰਮਾਂ 'ਚ ਲਿਖੀ ਹੋਈ ਸੀ ਇਹ ਮਹਾਰਾਜ ਕਰਾ ਰਿਹਾ ਉਹ ਕਰਾ ਰਿਹਾ ਅਸੀਂ ਇੱਕ ਉਹ ਮਹਾਰਾਜ ਦੇ ਨੌਕਰ ਹਾਂ ਜਿੱਤ ਜਿੱਤ ਲਾਵੇ ਤਿੱਤ ਤਿੱਤ ਲੱਗਣਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਅਸੀਂ ਤਾਂ ਉਹ ਨੌਕਰ ਹਾਂ ਸਾਨੂੰ ਉਹਦਾ ਸਾਡੇ ਸੇਵਾ ਸੀਗੀ ਆ ਸਾਡੇ ਲਿਖਿਆ ਸੀਗਾ ਅਸੀਂ ਉਹ ਉਹ ਕਰੀ ਜਾਂਦੇ ਹਾਂ ਇੱਦਾਂ ਕਰਕੇ ਵੀ ਮਹਾਰਾਜ ਸਾਡੇ ਦੇ ਮੇਹਰ ਹੁਣ ਸਾਡੇ ਦੇਖੋ ਮਹਾਰਾਜ ਦੀ ਬਾਣੀ ਚੱਲਦੀ ਹੈ ਸ਼ਾਮ ਨੂੰ ਅਤੇ ਸਵੇਰ ਨੂੰ ਉੱਠ ਕੇ ਅਸੀਂ ਬਿੱਲੇ ਵਿੱਚ 4 ਵਜੇ ਉੱਠ ਕਰਦੇ ਸਾਰੇ ਜਣੇ ਕਿੰਨੇ ਵਜੇ ਸਾਰੇ ਤੁਸੀਂ ਇੱਥੋਂ ਜਦੋਂ ਟਰਾਲੀ ਦੇ ਵਿੱਚ ਤਿਆਰ ਹੁੰਦੇ ਹੋ ਕਿੰਨੇ ਵਜੇ ਤਿਆਰ ਹੋ ਜਾਂਦੇ ਹੋ ਜੀ ਸਵੇਰ ਨੂੰ ਅਸੀਂ ਸਾਰੇ ਇੱਦਾਂ ਇੱਥੇ ਸਾਡੀ ਕੋਈ ਦੁਆ ਖਾਣ ਪੀਣ ਵਾਲੀ ਹੈ ਸਾਡੀ ਜਿਹੜੇ ਵੀ ਟਰਾਲੀ 'ਚ ਬੰਦੇ ਆ ਅਸੀਂ ਆਪਣੇ ਸਵੇਰ ਨੂੰ ਪੂਰੇ 4 ਵਜੇ ਤੋਂ ਸ਼ੁਰੂ ਹੋ ਜਾਂਦੇ ਹਾਂ ਆਪਣੇ ਬਾਹਰ ਅੰਦਰ ਜਾ ਕੇ ਕਿਸੇ ਨੂੰ ਜਨਾ ਕੇ ਫਿਰ ਨਿਤਨੇਮ ਬਾਣੀਆਂ ਪੰਜਾਂ ਜਦੋਂ ਪਾਠ ਕਰਦਾ ਜੋ ਫਿਰ ਇੱਧਰ ਬਾਣੀ ਲਾ ਲਈ ਦੀ ਆ ਬਸ ਸਾਡੇ ਤਾਂ ਉਹ ਵਾਹਿਗੁਰੂ ਦੀ ਬੜੀ ਕਿਰਪਾ ਆ ਅਤੇ ਪਿਛਲਾ ਵੀ ਚੇਤਾ ਭੁੱਲ ਆਇਆ ਪਰ ਅਸੀਂ ਉਹ ਫਿਰ ਇਹਨੂੰ ਸਰਕਾਰ ਨੂੰ ਕਹਿੰਦੇ ਹਾਂ ਵੀ ਐਸਾ ਰਾਜੋ ਨਰਕ ਤੱਪੋ ਰਾਜ ਰਾਜੋ ਨਰਕ ਫਿਰ ਤਾਂ ਥੈ ਨਹੀਂ ਲੱਭਦਾ ਹੁੰਦਾ ਇਹ ਤੂੰ ਜਿਹੜਾ ਬੰਦਿਆਂ ਨੂੰ ਦੁਖੀ ਕਰਦਾ ਇਹ ਤੈਨੂੰ ਬਹੁਤ ਕੁਛ ਸੋਚਣਾ ਚਾਹੀਦਾ ਇਹ ਇੱਦਾਂ ਕਰਨਾ ਨਹੀਂ ਚਾਹੀਦਾ ਰਾਜੇ ਬਣਦਾ ਹੁੰਦੇ ਉਹਦਾ ਇੱਕ ਫੈਮਿਲੀ ਹੁੰਦੀ ਆ ਫੈਮਿਲੀ ਵਾਲੇ ਉਹ ਤਾਂ ਸਾਡੇ ਦੇ ਪਤਾ ਨਹੀਂ ਉਹਦਾ ਕੀ ਸਾਡੇ ਨਾਲ ਬੈਰ ਆ ਕਈ ਸਾਡੇ ਜਿਹੜੇ ਬੱਚੇ ਆ ਦਾਂ ਦੇ ਬੈਠੇ ਆ ਉਹ ਜਿਹੜੇ ਸਾਡੇ ਅਸੀਂ ਆ ਇੱਥੇ ਐਸ ਰਾਜ ਦਾ ਆ ਕੇ ਬਹਿ ਗਏ ਹੁਣ ਆ ਸਿੰਘੂ ਬਾਰਡਰ ਹੀ ਸਿੰਘ ਬਾਰਡਰ ਬਣ ਗਿਆ ਇਹਨੂੰ ਤਾਂ ਲੋਕ ਪੁੱਜਣਗੇ ਪੰਜਾਬ ਉਮੜਿਆ ਹੋਇਆ ਬਹੁਤ ਸਾਰੇ ਲੋਕ ਜਿਹੜੇ ਬਾਹਰ ਬੈਠੇ ਸੰਘਰਸ਼ ਦੇ ਨਾਲ ਲਗਾਤਾਰ ਜੁੜੇ ਹੋਏ ਨੇ ਉਹਨਾਂ ਨੂੰ ਇਹ ਹੁੰਦਾ ਕਿ ਸਾਡੇ ਬਜ਼ੁਰਗ ਸਾਡੇ ਕਿਸਾਨ ਜਿਹੜੇ ਠੰਡਾਂ ਦੇ ਵਿੱਚ ਇਸ ਠੰਡ ਦੇ ਵਿੱਚ ਬਾਹਰ ਬੈਠੇ ਨੇ ਘਰ ਤੋਂ ਬਾਹਰ ਬੈਠੇ ਨੇ ਕਿੱਥੇ ਸਮਾਂ ਘਰਾਂ ਦੀਆਂ ਛੱਤਾਂ ਹੇਠ ਸੌਣ ਦਾ ਹੁੰਦਾ ਸੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿੰਨੇ ਕੁ ਹੌਸਲੇ ਬੁਲੰਦ ਨੇ ਮੈਂ ਅਸਲ ਨੂੰ ਬੇਨਤੀ ਮੇਰਾ ਇਹੀ ਅਰਦਾਸ ਕਰਦਾ ਵੀ ਉਹ ਸਾਡੇ ਉਹਨਾਂ ਹੌਸਲੇ ਵਧਾਏ ਹੋਏ ਬਹੁਤ ਆ ਉਹ ਹਰ ਟਾਈਮ ਫਿਰ ਮੇਰਾ ਅਸੀਂ ਤਾਂ ਸੌਂ ਜਾਂਦੇ ਹੁਣੇ ਮੇਰਾ ਕਹਿੰਦਾ ਬਾਹਰ ਨਹੀਂ ਸੌਂਦੇ ਉਹ ਸਾਡੇ ਦੇ ਇੰਨਾ ਸਾਡੇ ਲਈ ਸੋਚ ਰਹੇ ਆ ਤੁਹਾਨੂੰ ਤਾਂ ਤਕਲੀਫ ਨਹੀਂ ਉਹ ਸਾਡੀ ਜਿਹੜੀ ਅਰਦਾਸ ਆ ਸਾਨੂੰ ਉਹਦੇ ਚਾਹ ਚੜਿਆ ਪਿਆ ਇਹ ਉਹਨਾਂ ਦੇ ਹੌਸਲਾ ਹੀ ਹੈ ਸਾਡਾ ਕੋਈ ਨਹੀਂ ਜਾਂ ਸਾਨੂੰ ਬਾਣੀ ਦਾ ਆ ਕਿ ਉਹ ਸਾਡੇ ਨਾਲ ਬਾਣੀ ਦੇ ਵਿੱਚ ਸਾਡੇ ਗੁਰੂਆਂ ਦਾ ਆਸਰਾ ਸਾਡੇ ਭਗਤਾਂ ਦਾ ਆਸਰਾ ਸਾਡੀ ਜਿਹੜਾ ਅਸੀਂ ਸਾਡੇ ਨਾਲ ਭਗਤ ਆ ਧੰਨੇ ਸੇਵਿਆ ਬਾਲ ਬੁੱਧ ਤਰਲੋਚਨ ਗੁਰ ਮਿਲ ਪੇਸ਼ਦ ਬੈਣੀ ਕੋ ਗੁਰ ਕੀਓ ਪ੍ਰਕਾਸ਼ ਰੇ ਮਨ ਤੂੰ ਵੀ ਹੋ ਦਾਸ ਜੈ ਦੇਵ ਤਿਆਗਿਓ ਅਹਿਮੇਵ ਨਾਈ ਉਧਰਿਓ ਸੈਣ ਸੇਵ ਮਨ ਡੀਗਨਾ ਡੋਲੇ ਕਾਹੂੰ ਜੈ ਮਨ ਤੂੰ ਵੀ ਤਰਸੇ ਸਨ ਪੈ ਜੈ ਅੰਨ ਗ੍ਰਹਿ ਠਾਕਰ ਕੀਓ ਸੇ ਤੈ ਲੀਨੇ ਭਗਤ ਰਾਖ ਤਿੰਨ ਕਾ ਗੁਣ ਆਵ ਗੁਣ ਨਾ ਵਿਚਾਰੇ ਕੋਈ ਇਹ ਵਿਧ ਦੇਖ ਮਨ ਲੱਗਾ ਸੇਵ ਕਬੀਰ ਧਿਆਓ ਏਕ ਰੰਗ ਨਾਮ ਦੇਵ ਹਰ ਜਿਓ ਵਸੇ ਰੰਗ ਰਵੀ ਦਾਸ ਧਿਆਏ ਪ੍ਰਭ ਅਨੂਪ ਗੁਰੂ ਨਾਨਕ ਦੇਵ ਗੋਬਿੰਦ ਰੂਪ ਸਾਡੇ ਕੋਲ ਤਾਂ ਇੱਦਾਂ ਦੀ ਚੀਜ਼ਾਂ ਆ ਸਾਨੂੰ ਤਾਂ ਹੌਸਲਾ ਹੀ ਬੜਾ ਆ ਆ ਸਾਡੀ ਉਮਰ ਦੇ ਲੁਕਨੀ ਆ ਮੈਂ 68 ਸਾਲ ਦਾ ਹਾਂ ਇੱਦਾਂ ਲੱਗਦਾ ਵੀ ਜਿੱਦਾਂ ਵਾਹਿਗੁਰੂ ਦੀ ਉਹਦੀ ਕਿਰਪਾ ਨਾਲ ਐਨ ਬੁਲੰਦ ਆ ਦੋਸਤੋ ਤੁਸੀਂ ਵੇਖ ਸਕਦੇ ਹੋ ਕਿ ਜਿਸ ਤਰ੍ਹਾਂ ਬਜ਼ੁਰਗ ਦੱਸ ਰਹੇ ਨੇ ਕਿ ਬੇਸ਼ੱਕ ਉਮਰ 70-75 ਦੀ ਹੈ ਉਮਰ ਦਾ ਕੋਈ ਲਿਹਾਜ਼ ਨਹੀਂ ਹੈ ਕੋਈ ਚੱਕਰ ਨਹੀਂ ਹੈ ਸੰਘਰਸ਼ ਦੇ ਵਿੱਚ ਉਹ ਡਟੇ ਹੋਏ ਨੇ ਤੁਸੀਂ ਕਿਵੇਂ ਵੇਖਦੇ ਹੋ ਜੀ ਜਿਸ ਤਰ੍ਹਾਂ ਤੁਸੀਂ ਵੀ ਇੱਥੇ ਹਾਜ਼ਰ ਹੋ ਨਿਤਨੇਮ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਅਸੀਂ ਇੱਥੇ ਵਧੀਆ ਉੱਠਦੇ ਹਾਂ ਸਮੇਂ ਨਾਲ ਅਤੇ ਉਹ ਦਿਨ ਦਾ ਕੀ ਹੁੰਦਾ ਤੁਹਾਡਾ ਦਰਸ਼ਕਾਂ ਨੂੰ ਪਤਾ ਲੱਗੇ ਤੁਸੀਂ ਜਦੋਂ ਉੱਠਦੇ ਉਸ ਤੋਂ ਬਾਅਦ ਸੰਘਰਸ਼ ਦੇ ਵਿੱਚ ਨਿੱਤਰਦੇ ਹੋ ਜਾਂਦੇ ਹੋ ਇੱਥੋਂ ਕਿਵੇਂ ਹੁੰਦੀ ਹੈ ਸਾਰੇ ਦਿਨ ਦੀ ਜਿਹੜੀ ਤੁਹਾਡੀ ਸਾਡੀ ਚੜ੍ਹਦੀ ਕਲਾ 'ਚ ਰਹੀਦਾ 24 ਘੰਟੇ ਸਵੇਰ ਨੂੰ ਅਸੀਂ ਉੱਠ ਕੇ ਜਿਸ ਵੇਲੇ ਉੱਠ ਪਿਆ ਉਸ ਵੇਲੇ ਤਿਆਰੀ ਜਿਹੀ ਰਹੀਦਾ ਵਾਹਿਗੁਰੂ ਦੀ ਕਿਰਪਾ ਆ ਸਾਨੂੰ ਕੋਈ ਇੱਦਾਂ ਦੀ ਪ੍ਰੋਬਲਮ ਨਹੀਂ ਹੈ ਇੱਥੇ ਦੇਖਣ ਦੇ ਨਾਲ ਸਾਨੂੰ ਕੋਈ ਬਹੁਤ ਜਣੇ ਕੇ ਚੜ੍ਹਦੀ ਕਲਾ 'ਚ ਅਸੀਂ ਰਹਿ ਰਹੇ ਹਾਂ ਅਸੀਂ ਆਪਣਾ ਇਹ ਕਹੀਦਾ ਵੀ ਅਸੀਂ ਚੜ੍ਹਦੀ ਕਲਾ 'ਚ ਰਹੀਏ ਮੋਰਚਾ ਜਿੱਤ ਕੇ ਫਿਰ ਘਰਾਂ ਨੂੰ ਜਾਈਏ ਹਾਂਜੀ ਮੈਂ ਜਦੋਂ ਟਰਾਲੀ ਵੇਖ ਰਿਹਾ ਸੀ ਤੁਹਾਡੀ ਮੈਨੂੰ ਟਰਾਲੀ ਬੜੀ ਵਧੀਆ ਲੱਗੀ ਵਿੱਚ ਸਕਰੀਨ ਲੱਗੀ ਆ ਅਤੇ ਬਿਲਕੁਲ ਤੁਸੀਂ ਪੂਰਾ ਵਧੀਆ ਜਿਹੜਾ ਪ੍ਰਬੰਧ ਕੀਤਾ ਹੋਇਆ ਹਰ ਚੀਜ਼ ਦਾ ਇਹ ਕਿਵੇਂ ਤਿਆਰ ਕਰੀ ਹੈ ਕਿ ਪਿੰਡ ਦੇ ਵਿੱਚੋਂ ਤੁਸੀਂ ਪਹਿਲਾਂ ਹੀ ਪਲਾਨ ਕਰਕੇ ਤੁਰੇ ਸੀ ਅਸੀਂ ਜੀ ਵੀ ਸਾਡੇ ਹੁਣ ਸਾਡੇ ਮਿੱਤੋਂ ਛੋਟੇ ਆ ਇਹ ਸਾਰੇ ਸਾਡੇ ਨਿਆਣਿਆਂ ਅੱਗੇ ਲੱਗਦੇ ਆ ਇਹ ਕਈਆਂ ਦਿਨਾਂ ਦੇ ਕਹਿੰਦੇ ਵੀ ਸੀ ਵੀ ਆਪਾਂ ਟੈਲੀਵਿਜ਼ਨ ਵੀ ਲਾਉਣਾ ਮੈਂ ਕਿਹਾ ਜਿਹੜਾ ਤੁਹਾਡਾ ਦਿਲ ਕਰਦਾ ਉਹ ਲਾਓ ਆਪਾਂ ਕਿਹੜਾ ਵੀ ਕਿਸੇ ਨੂੰ ਲੈਣਾ ਉਹ ਮਾਲਕ ਦਾ ਆ ਆਪਾਂ ਇੱਥੇ ਆਏ ਹਾਂ ਜੋ ਮਰਜ਼ੀ ਕਰੋ ਉਹ ਜਿਹਾ ਅਸੀਂ ਲਾਇਆ ਇੱਕ ਦਿਨ ਸਾਨੂੰ ਵੀ ਬਰਨਾਲੇ ਤੋਂ ਆ ਕੇ ਟਰਨਾਲੇ ਉਹਨੇ ਸਾਡੀ ਛੱਤਰੀ ਦੇਖੀ ਉਹ ਕਹਿੰਦੇ ਤੁਹਾਡੇ ਆ ਪੰਜਾਬ ਦਾ ਨਹੀਂ ਚੱਲਦਾ ਅਸੀਂ ਲਾਉਣਾ ਉਹ ਨਵਾਂ ਉਹ ਲਾ ਕੇ ਹੋਰ ਚੱਲ ਗਏ ਉਹਨੇ ਆ ਸਾਰਾ ਸੱਜਾ ਚਲਾਇਆ ਹੁਣ ਸਾਨੂੰ ਕੀਰਤਨ ਪੰਜਾਬ ਦੀਆਂ ਖਬਰਾਂ ਪਹਿਲਾਂ ਨਹੀਂ ਆਉਂਦੀਆਂ ਇੱਕੋ ਜਿਹਾ ਲਾਇਆ ਸੀ ਉਹ ਤਕਰਾਮ ਸਾਡਾ ਉਹ ਨਵਾਂ ਦੇਖ ਕੇ ਖੁਸ਼ ਹੋ ਗਿਆ ਇਸ ਕਰਕੇ ਵੀ ਹੈਲਪ ਬਹੁਤ ਆ ਬਾਹਰੋਂ ਚਾਹ ਬਹੁਤ ਆ ਲੋਕਾਂ ਨੂੰ ਕੜੀ ਕੜੀ ਪੁੱਛਦੇ ਆ ਫਿਰ ਪੁੱਛ ਕੇ ਜਾਂਦੇ ਜੇ ਆਹ ਚੀਜ਼ ਨਹੀਂ ਹੈ ਤਾਂ ਭੜ ਕੇ ਕੀ ਲੈ ਕੇ ਆਈਏ ਇੰਨਾ ਲੋਕਾਂ ਨੂੰ ਚਾਹ ਆ ਪਤਾ ਨਹੀਂ ਉਹ ਮਾਲਕ ਹੀ ਕਰਾ ਰਿਹਾ ਉਹ ਅਸੀਂ ਵੀ ਨਹੀਂ ਕਰ ਸਕਦੇ ਉਹ ਵੀ ਨਹੀਂ ਕਰ ਸਕਦੇ ਇਹ ਸਿਰਫ ਮਾਲਕ ਕਰਾਉਂਦਾ ਬਾਬੇ ਦੀ ਇੰਨੀ ਮਿਹਰ ਆ ਬਸ ਇੱਦਾਂ ਸਾਡੇ ਦੇ ਰੱਖੇ ਸਾਡੇ ਪਰਿਵਾਰਾਂ ਦੇ ਇੱਦਾਂ ਰੱਖੇ ਸਾਰੀ ਸੰਗਤ ਬਾਹਰਲੀਆਂ ਦੇ ਉਹਨੂੰ ਚੜ੍ਹਦੀ ਕਲਾ ਰੱਖੇ
ਸਾਨੂੰ ਚੜ੍ਹਦੀ ਕਲਾ ਲੱਗੇ ਅਸੀਂ ਤਾਂ ਮੋਰਚਾ ਜਿੱਤੀਏ ਬੜੇ ਖੁਸ਼ੀ ਖੁਸ਼ੀ ਜਾਈਏ। ਬਿਲਕੁਲ, ਜਿਹੜੇ ਕਿਸਾਨ ਹਲੇ ਆਉਣਾ ਚਾਹੁੰਦੇ ਨੇ ਜਾਂ ਆ ਰਹੇ ਨੇ ਰਸਤੇ ਦੇ ਵਿੱਚ, ਤੁਸੀਂ ਤਾਂ ਇੱਥੇ ਕਾਫੀ ਦਿਨਾਂ ਤੋਂ ਉਨੇ ਦਿਨਾਂ ਦੇ ਸੰਘਰਸ਼ ਦੇ ਵਿੱਚ, ਤਾਂ ਬਿਲਕੁਲ ਤੁਸੀਂ ਕੁੱਲ ਟੋਟਲ ਜਿਹੜਾ ਪਿਛਲੇ ਸ਼ੁਰੂ ਸੰਘਰਸ਼ ਦੇ ਸ਼ੁਰੂ ਤੋਂ 3 ਮਹੀਨੇ ਤੋਂ ਆ, ਜਿਹੜੇ ਇੱਥੇ ਦਿੱਲੀ ਦੇ ਵਿੱਚ ਹੁਣ ਆਉਣਗੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ, ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣ ਜਿਸ ਤਰ੍ਹਾਂ ਤੁਸੀਂ ਇੱਥੇ ਹਾਜ਼ਰ ਹੋ? ਨਹੀਂ, ਧਿਆਨ ਤਾਂ ਚਲੋ ਕਿਸੇ ਚੀਜ਼ ਤਕਲੀਫ ਤਾਂ ਨਹੀਂ ਹੈਗੀ ਆਪਾਂ ਨੂੰ, ਕੋਈ ਚੀਜ਼ ਵੀ ਹਰ ਇੱਕ ਚੀਜ਼ ਦੀ ਸੁਵਿਧਾ ਹੈਗੀ ਇੱਥੇ। ਪਹਿਲੋਂ ਥੋੜ੍ਹਾ ਜਿਹਾ ਕਿਸਾਨ ਵੀ ਸਾਡੇ ਡਰਦੇ ਸੀਗੇ ਵੀ ਸ਼ਾਇਦ ਉੱਥੇ ਪਤਾ ਨਹੀਂ ਸਾਡੇ ਨਾਲ ਉਹਨੇ ਕੀ ਸਾਡੇ ਨਾਲ ਗਿਆਂ ਦੇ ਉੱਤੇ ਸਾਡਾ ਕਿਸ ਤਰ੍ਹਾਂ ਲਾਠੀਚਾਰਜ ਕਰਨਗੇ ਜਾਂ ਬੜੀਆਂ ਅਫਵਾਹਾਂ ਸੀਗੀਆਂ ਕਿ ਸ਼ਾਇਦ ਫੌਜ ਲੱਗੀ ਹੈ। ਜਿੱਦਾਂ ਸਾਰੇ ਪਰਿਵਾਰਾਂ ਵਾਲੇ ਆਪਾਂ ਧੀਆਂ ਭੈਣਾਂ ਵਾਲੇ ਹਾਂ, ਹਰ ਇੱਕ ਬੰਦਾ ਜਿੱਦਾਂ ਪਰਿਵਾਰ ਦੇ ਮੈਂਬਰ ਵੀ ਡਰਦੇ ਹੁੰਦੇ ਆ, ਕਈਆਂ ਨੂੰ ਬੇਨਤੀ ਵੀ ਕਰਦੇ ਸੀ ਤਾਂ ਉਹ ਸਾਡਾ ਮਜ਼ਾਕ ਝਾੜਾਉਂਦੇ ਸੀ ਮੂਹਰੇ। ਹੁਣ ਉਹ ਸਾਨੂੰ ਸਮਾਂ ਪਹਿਲਾਂ ਅਸੀਂ ਫੋਨ ਕਰਦੇ ਸੀ, ਹੁਣ ਉਹ ਸਾਨੂੰ ਫੋਨ ਕਰਕੇ ਪੁੱਛਦੇ ਆ ਵੀ ਅਸੀਂ ਕਦੋਂ ਕੱਲ੍ਹ ਨੂੰ ਆ ਜਾਈਏ ਕਿ ਪਰਸੋਂ ਨੂੰ ਆ ਜਾਈਏ। ਅਸੀਂ ਸਮਾਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਤੁਹਾਡੇ ਸੌਣ ਲਈ ਸਾਡੇ ਕੋਲ ਜਗ੍ਹਾ ਹੈ ਨਹੀਂਗੀ, ਕਿਉਂਕਿ ਬੰਦੇ ਟਰਾਲੀ ਦੇ ਵਿੱਚ 8-10 ਕੇ ਐਡਜਸਟਮੈਂਟ ਹੁੰਦੇ, ਜ਼ਿਆਦਾ ਫਿਰ ਆਪਾਂ ਨੂੰ ਸੌਣ ਦੀ ਦਿੱਕਤ ਆਊਗੀ, ਫਿਰ ਬੰਦਾ ਬਾਕੀ ਪਰੇਸ਼ਾਨ ਹੁੰਦੇ ਜਿਹੜੇ ਪਹਿਲੇ ਬੰਦੇ ਉਹਨਾਂ ਨੂੰ ਪਰੇਸ਼ਾਨੀ, ਉਹਦੇ ਕੋਲ ਠੰਡ ਦਾ ਮੌਸਮ ਆ, ਸਭ ਕੁਝ ਹੀ ਦੇਖਣਾ ਪੈਂਦਾ। ਬਾਕੀ ਸਾਨੂੰ ਘਬਰਾਈ ਕਿਸੇ ਚੀਜ਼ ਨਹੀਂ, ਕਿਉਂਕਿ ਸਾਡਾ ਜਿਹੜਾ ਇਤਿਹਾਸ ਆ ਨਾ, ਠੰਡ ਲੱਗਦੀ ਛੋਟੇ ਬੱਚੇ ਨੂੰ ਜਾਂ ਲੱਗਦੀ ਆ ਵੱਡੇ ਇਨਸਾਨ ਨੂੰ, ਉਹ ਸਾਡੇ ਗੁਰੂ ਸਾਹਿਬ ਨੇ ਸਾਡੇ ਲਈ ਪੂਰਨੇ ਪਾ ਕੇ ਗਏ। ਸਭ ਤੋਂ ਛੋਟੇ ਸਾਹਿਬਜ਼ਾਦਾ ਜਿਹੜਾ ਇਹ ਸ਼ਹੀਦੀ ਪੁਰਬ ਦੇ ਦਿਨ ਚੱਲ ਰਿਹਾ ਹੁਣ, ਅਤੇ ਬਜ਼ੁਰਗ ਮਾਤਾ ਗੁਜਰ ਕੌਰ, ਉਹ ਸਾਡੇ ਮੂਹਰੇ ਇੱਕ ਸਾਡੀ ਮਿਸਾਲ ਆ, ਸਾਡੇ ਰੋਲ ਮਾਡਲ ਆ, ਉਹਦੇ ਵੱਲ ਦੇਖ ਕੇ ਸਾਨੂੰ ਉਹਨਾਂ ਕੋਲ ਸੁੱਖ ਸਹੂਲਤਾਂ ਹੈ ਨਾ ਸੀਗੀਆਂ ਸਾਡੇ ਉਹਨਾਂ ਕੋਲ, ਉਹਨੀ ਤਾਂ ਵੀ ਆਪਣੇ ਹੌਸਲੇ ਨੇ ਹਾਰੇ, ਸਾਡੇ ਤਾਂ ਗੁਰੂ ਨਾਨਕ ਮਹਾਰਾਜ ਦੀ ਕਿਰਪਾ ਹੀ ਬੜੀ ਆ, ਸਾਨੂੰ ਹਰ ਇੱਕ ਚੀਜ਼ ਦੀ ਸੁੱਖ ਸਹੂਲਤ ਦਿੱਤੀ ਆ। ਪਰ ਫਿਰ ਵੀ ਅਸੀਂ ਜਦੋਂ ਇੱਥੇ ਸਾਡੀਆਂ ਅੱਖਾਂ 'ਚੋਂ ਪਾਣੀ ਆਉਂਦਾ, ਜੋ ਮੈਂ ਕੋਈ ਇਨਸਾਨ ਦੀਆਂ ਇੱਕ ਦਿਨ ਬੰਦਾ ਸੀਗਾ, ਉਹਦੀਆਂ 2 ਲੱਤਾਂ ਹੈ ਨਾ ਸੀਗੀਆਂ, ਮੇਰਾ ਉਹਦੇ ਵੱਲ ਦੇਖ ਕੇ ਮੇਰੀ ਅੱਖਾਂ 'ਚੋਂ ਪਾਣੀ ਆਉਂਦਾ ਵੀ ਉਸ ਬੰਦੇ ਦਾ ਜਜ਼ਬਾ ਕਿੰਨਾ ਹੋਊਗਾ, ਜਿਹਨੂੰ ਪਰਮਾਤਮਾ ਨੇ 2 ਲੱਤਾਂ ਮਿਲ ਦਿੱਤੀਆਂ, ਉਹ ਫਿਰ ਵੀ ਇੱਥੇ ਆਇਆ ਚੱਲ ਕੇ, ਉਹ ਸਾਡੇ ਲਈ ਇੱਕ ਜਿੱਦਾਂ ਅਲਾਮਾ ਕਹਿ ਲਈਏ ਜਾਂ ਸਾਨੂੰ ਇੱਕ ਪਰਮਾਤਮਾ ਤੋਂ ਬੇਮੋ ਕਹਿ ਲਈਏ, ਜਿਹੜੇ ਬੰਦੇ ਦਾ ਸਾਰਾ ਸਰੀਰ ਚੱਲਦਾ ਉਹਨੂੰ ਪਰਮਾਤਮਾ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਵੀ ਉਹ ਤਾਂ ਸੰਘਰਸ਼ ਦੇ ਸਮਾਂ ਮੂਹਰੇ ਹੋ ਕੇ ਚੱਲਣਾ ਚਾਹੀਦਾ। ਜਿੱਦਾਂ ਇਹ ਸਾਡੀਆਂ ਬੇਨਤੀਆਂ, ਬਾਕੀ ਇੱਥੇ ਕਿਸੇ ਚੀਜ਼ ਦੀ ਸਾਨੂੰ ਦੂਰ ਬੈਠਿਆਂ ਨੂੰ ਕਈ ਵਾਰੀ ਲੱਗਦੀ ਵੀ ਸ਼ਾਇਦ ਕੋਈ ਪ੍ਰੋਬਲਮ ਹੋਊਗੀ, ਪਰ ਨਹੀਂ ਜੀ, ਜਿੰਨਾ ਸਤਿਕਾਰ ਸਾਡਾ ਇੱਥੇ ਹੁੰਦਾ ਇਹ ਤਾਂ ਘਰ 'ਚੋਂ ਚੀਜ਼ਾਂ ਵੀ ਕਿ ਨਹੀਂ ਖਾ ਸਕਦੇ ਜਿਹੜੀਆਂ ਸਾਨੂੰ ਇਹ ਖਿਲਾਉਂਦੇ ਇੱਥੇ ਆਇਆ ਨੂੰ। ਪਰ ਜਿਹੜੇ ਇੱਥੋਂ ਆਲੇ ਦੁਆਲੇ ਦੇ ਲੋਕ ਨੇ, ਜਿਸ ਤਰ੍ਹਾਂ ਤੁਸੀਂ ਅੰਕਲ ਜੀ ਉਹਨਾਂ ਨੇ ਦੱਸਿਆ ਕਿ ਬੜੇ ਲੋਕ ਨੇ ਇੱਥੇ ਜਿਹੜੇ ਸਾਨੂੰ ਬੜਾ ਪਿਆਰ ਕਰਦੇ ਨੇ, ਮਿਲ ਕੇ ਜਾਂਦੇ ਨੇ, ਤੁਸੀਂ ਵੀ ਇਹ ਗੱਲ ਕੀਤੀ ਸੀ, ਪੂਰਾ ਵਧੀਆ ਹੰਗਾਰਾ ਉਹਨਾਂ ਦਾ? ਮੈਂ ਕਿਹਾ ਜੀ ਪੁੱਛੋ ਨਾ ਤੁਸੀਂ, ਅਸੀਂ ਜੋ ਪਹਿਲਾਂ ਜਿਸ ਦਿਨ ਆਏ ਹਾਂ ਦੁਕਾਨਾਂ ਬੰਦ ਸੀਗੀਆਂ, ਉਸ ਦਿਨ ਸਾਨੂੰ ਇੱਦਾਂ ਲੱਗਦਾ ਵੀ ਸਾਡੀ ਟਰਾਲੀ ਜਿਹੜੀ ਯਾਰਡ 'ਚ ਖੜ ਗਈ ਆ ਕੇ, ਫਿਰ ਅਸੀਂ ਇੱਥੋਂ ਟੈਲੀਫੋਨ 'ਤੇ ਜਿੱਦਾਂ ਮੂਹਰੇ ਬੋਰਡ ਲੱਗੇ ਉਹਨਾਂ ਨੂੰ 1-2 ਬੰਦੇ ਨੂੰ ਟੈਲੀਫੋਨ 'ਤੇ ਗੱਲ ਕੀਤੀ, ਜਿੱਦਾਂ ਉਹਨੇ ਬੜਾ ਵਧੀਆ ਰਿਸਪੋਂਸ ਦਿੱਤਾ ਸਾਨੂੰ, ਅਤੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਕਿ ਤੁਸੀਂ ਦੁਕਾਨਾਂ ਖੋਲ੍ਹੋ ਜਿੱਦਾਂ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ, ਉਹ ਕਹਿੰਦਾ ਸਾਨੂੰ ਸਰਕਾਰ ਨੇ ਮੈਸੇਜ ਇਹ ਭੇਜਿਆ ਸੀ ਤੁਹਾਡੀਆਂ ਦੁਕਾਨਾਂ ਨਹੀਂ ਭੰਨ ਤੋੜ ਕਰ ਦੇਣੀਆਂ। ਇਹ ਲੋਕ ਜਰੈਮ ਪੇਸ਼ਾ ਕੌਮ ਆ, ਜਿਹੜੀ ਜਿਹੜਾ ਸਿੱਖ ਦਾ ਚਿਹਰਾ ਸੀਗਾ ਇਹਨੀ ਉਹਨੂੰ ਅੱਤਵਾਦੀ ਕਹਿ ਦਈਏ, ਉਹਨੂੰ ਦੂਜਰਾ ਲੋਕਾਂ ਦੇ ਵਿੱਚ ਉਹ ਚੀਜ਼ ਇੱਦਾਂ ਮਜ਼ਾਕ ਬਣਾ ਕੇ ਪੇਸ਼ ਕੀਤੀ ਹੋਈ ਸੀ, ਲੋਕ ਡਰਦੇ ਸੀ ਸਾਤੋਂ। ਹੁਣ ਜਦੋਂ ਅਸੀਂ ਕਿਸੇ ਦੁਕਾਨ 'ਤੇ ਵੀ ਜਾਂਦੇ ਹਾਂ ਜੇ ਅਸੀਂ ਚੀਜ਼ ਨੂੰ ਪੈਸੇ ਵੀ ਦੇਣ ਦੀ ਕੋਸ਼ਿਸ਼ ਕਰਦੇ, ਉਹ ਸਾਡੇ ਨਾਲ ਗੁੱਸੇ ਹੁੰਦੇ ਸਮਾਂ ਪੈਸੇ ਦੇਣ ਨੂੰ। ਹੁਣ ਬਿਜਲੀ ਦੀ ਤਾਰ ਲਾਈ ਅਸੀਂ ਉਹਨੂੰ ਬੇਨਤੀ ਕੀਤੀ ਵੀ ਵੀਰ ਜੀ ਜਿੰਨਾ ਤੁਹਾਡਾ ਬਿੱਲ ਹੋਊਗਾ ਅਸੀਂ ਮਹੀਨੇ ਦਾ ਤੁਹਾਡਾ ਪੇ ਕਰ ਦੇਵਾਂਗੇ, ਉਹ ਕਹਿੰਦਾ ਜੇ ਤੁਸੀਂ ਪੈਸੇ ਦੇਣੇ ਮੈਨੂੰ ਮੈਂ ਤੁਹਾਨੂੰ ਤਾਰ ਨਹੀਂ ਲਾਉਣ ਦੇਣੀ, ਅਸੀਂ ਤਾਰ ਫਰੀ ਜਿੰਨੇ ਚਿਰ ਮਹੀਨਾ ਰਹੋ 10 ਦਿਨ ਰਹੋ, ਜੇ ਹੋਰ ਜਿਹੜੀ ਚੀਜ਼ ਦੀ ਲੋੜ ਆ ਉਹ ਮੈਨੂੰ ਦੱਸੋ ਅੱਗੇ, ਅਸੀਂ ਤੁਹਾਡੇ ਨਾਲ ਖੜੇ ਹਾਂ। ਅਸੀਂ ਜਿਹੜੀ ਜ਼ਿੰਦਗੀ 'ਚ ਉਹ ਚੀਜ਼ ਦੁਬਾਰਾ ਕਹਿੰਦੇ ਵੀ ਸੋਚੀ ਨਹੀਂ ਅਸੀਂ, ਸਾਨੂੰ ਇੰਨਾ ਲੋਕ ਰਿਸਪੋਂਸ ਦੇਣਗੇ। ਜਿੱਦਾਂ ਬਹੁਤ ਬਹੁਤ ਧੰਨਵਾਦ ਆ ਉਹਨਾਂ ਵੀਰਾਂ ਦਾ, ਦਿੱਲੀ ਤੋਂ ਲੋਕ ਆਉਂਦੇ ਆ, ਕੋਈ ਆਟੋਮਾਸ ਲੈ ਕੇ ਆਉਂਦਾ, ਕੋਈ ਸਾਡੇ ਲਈ ਪਰੌਂਠੇ ਪਕਾ ਕੇ ਲੈ ਕੇ ਆਉਂਦਾ, ਕਈ ਸਵੇਰ ਨੂੰ ਸੁੱਤੇ ਉੱਠੇ ਨਹੀਂ ਸਾਡੇ ਦੁੱਧ ਦੇ ਪੈਕਟ ਦਰਮਰੇ ਰੱਖ ਜਾਂਦੇ ਜਾ ਕੇ। ਸ਼ਹਿਰੀ ਲੋਕ ਮੈਂ ਕਿਹਾ ਇੰਨਾ ਜੀ ਸਹਿਯੋਗ ਬਣ, ਜਿੱਦਾਂ ਸਾਡਾ ਇੱਕ ਸਾਰਾ ਭੈਣਾਂ ਭਰਾ ਵਾਲਾ ਬਣ ਗਿਆ ਰਿਜਾ ਨੇ, ਜਿੱਦਾਂ ਆਪਾਂ ਇੱਕ ਭੈਣ ਭਰਾ ਹੁੰਦੇ ਹਾਂ ਉਸ ਵਿੱਚ, ਜਿੱਦਾਂ ਕੋਈ ਓਪਰਾਪਨ ਲੱਗਦਾ ਹੁਣ ਕੁੜੀਆਂ ਰਾਤ ਨੂੰ ਵੀ ਕਿਹੜੇ ਇੰਟਰਵਿਊ ਲੈਣ ਆਉਂਦੀਆਂ, ਉਹਨਾਂ ਸਮਾਂ ਪੁੱਛਦੇ ਰਹੇ ਤੁਹਾਨੂੰ ਡਰ ਤਾਂ ਨਹੀਂ ਲੱਗਦਾ, ਉਹ ਵੀ ਸਮਾਂ ਇਹੀ ਖੁਸ਼ ਹੁੰਦੀ ਕਿ ਸਾਨੂੰ ਇੱਦਾਂ ਲੱਗਦਾ ਜਿੱਦਾਂ ਅਸੀਂ ਆਪਣੇ ਪਰਿਵਾਰ ਦੇ ਵਿੱਚ ਵਿਚਰਦੇ ਹੁੰਦੇ ਹਾਂ। ਸੋ ਇਹ ਬਾਬੇ ਨਾਨਕ ਦੀ ਸਾਡੇ ਲਈ ਇੱਕ ਬਹੁਤ ਵੱਡੀ ਦੇਣ ਆ ਸਾਡੀ, ਜਿਹੜਾ ਸਾਡਾ ਇਸ ਗੱਲੋਂ ਇਹ ਮੋਦੀ ਸਰਕਾਰ ਦਾ ਧੰਨਵਾਦ ਕਰਦੇ ਜਿਹਨਾਂ ਨੇ ਜਿਹਨੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਹਰ ਕੰਮ ਉਲਟਾ ਪੈ ਗਿਆ, ਸਾਡਾ ਜਿਹੜਾ ਚਿਹਰਾ ਮੁਹਰਾ ਸੀ ਲੋਕਾਂ ਦੇ ਵਿੱਚ ਬਹੁਤ ਵਧੀਆ ਪੇਸ਼ ਹੋਇਆ। ਮੈਂ ਉਹੀ ਕਹਿਣ ਲੱਗਾ ਤੁਹਾਨੂੰ, ਮੈਨੂੰ ਲੱਗਦਾ ਇਹ ਨਹੀਂ ਲੱਗਦਾ ਆਪਾਂ ਨੂੰ ਕਿ ਜਿਹੜੀ ਸਾਡੀ ਕੌਮ ਦੀ ਸੇਵਾ ਭਾਵਨਾ ਆਪਾਂ ਜਾਂ ਸਾਡਾ ਜਜ਼ਬਾ ਆਪਾਂ ਸੁਣਿਆ ਕਰਦੇ ਸੀ, ਵੇਖਿਆ ਕਰਦੇ ਸੀ, ਗੱਲਾਂ ਹੁੰਦੀਆਂ ਸੀ, ਉਹ ਇੱਥੇ ਲੋਕਾਂ ਦੇ ਸਾਹਮਣੇ ਰੂਪਮਾਨ ਹੋ ਗਿਆ, ਉਜਾਗਰ ਕਰਨ ਦਾ ਮੌਕਾ ਮਿਲ ਗਿਆ। ਜਦੋਂ ਸਾਨੂੰ ਨਾ ਕਈ ਚੀਜ਼ਾਂ ਜਿੱਦਾਂ ਇਤਿਹਾਸ ਦੇ ਵਿੱਚ ਆਪਾਂ ਪੜ੍ਹਦੇ ਹਾਂ, ਉਹ ਥੋੜ੍ਹਾ ਚਿਰ ਬਾਅਦ ਇੱਦਾਂ ਹੁੰਦਾ ਆਪਾਂ ਮਜ਼ਾਕ ਦਾ ਜਿੱਦਾਂ ਨਿਹੰਗ ਸਿੰਘ ਸੀਗੇ ਉਹ ਇੱਕ ਮਜ਼ਾਕ ਦਾ ਪੱਤਰ ਹੋ ਗਿਆ, ਪਰ ਤੁਸੀਂ ਜਦੋਂ ਗੌਰ ਨਾਲ ਉਹ ਚੀਜ਼ਾਂ ਬਣੂਗੇ। ਹੁਣ ਮੈਂ ਜਿਹੜਾ ਪੜ੍ਹਿਆ ਵੀ ਜ਼ਿਆਦਾ
ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਸਾਨੂੰ ਇਹ ਚੀਜ਼ਾਂ ਸਾਡੇ ਭੈਣ ਭਰਾ ਨਵੇਂ ਮਿਲਾਏ ਸਾਡੇ ਨਾਲ ਹੁਣ ਕੋਈ ਪਟਿਆਲੇ ਦਾ ਆ ਕੋਈ ਖੰਨੇ ਦਾ ਆ ਕੋਈ ਇੱਥੇ ਹਰਿਆਣੇ ਵਾਲੇ ਆਉਂਦੇ ਉਹ ਤਕਾਲਾਂ ਨੂੰ ਬਾਜਾਂ ਮਾਰਦੇ ਭਾਊ ਜੀ ਦੁੱਧ ਪੀ ਕੇ ਜਾਓ ਭਾਊ ਜੀ ਦੁੱਧ ਪੀ ਕੇ ਜਾਓ ਨੇ ਨਾ ਜਿੰਨਾ ਮਹਿੰਗਾਈ ਦਾ ਜ਼ਮਾਨਾ ਕੋਈ ਪਾਣੀ ਦਾ ਗਲਾਸ ਨਹੀਂ ਪਿਲਾਉਂਦਾ ਕਿਸੇ ਨੂੰ ਜਿੱਦਾਂ ਔਰ ਦੁੱਧ ਦੇ ਵਿੱਚ ਵੀ ਦੁੱਧ ਸਾਦਾ ਨਹੀਂ ਪਿਲਾਉਂਦੇ ਕੋਈ ਬਦਾਮ ਪਾਈ ਫਿਰਦਾ ਕੋਈ ਦੇਸੀ ਘੀ ਪਾ ਕੇ ਦਿੰਦਾ ਖੰਡ ਥਾਂ ਸ਼ਹਿਦ ਪਾ ਕੇ ਦਿੰਦੇ ਆ ਯਾਨੀ ਸਾਡੀ ਅੱਖਾਂ 'ਚੋਂ ਪਾਣੀ ਆ ਜਾਂਦਾ ਦੇਖ ਕੇ ਸੱਚੇ ਪਾਤਸ਼ਾਹ ਤੇਰੀ ਕਿਰਪਾ ਹੀ ਆ ਸਾਰੀ ਹੈ ਦੁੱਧ ਦੇ ਵਿੱਚ ਕੇਸਰ ਮਿਲਦਾ ਅਸੀਂ ਰੋਜ਼ ਪੀਂਦੇ ਸਾਨੂੰ ਮਹੀਨਾ ਹੋਇਆ ਪਟਿਆਲੇ ਦੇ ਆ ਇੱਥੇ ਉਹਨਾਂ ਨੇ ਕੇਸਰ ਬਦਾਮ ਰਾਰੂ ਪਾਏ ਹੁੰਦੇ ਆ ਪੱਕਾ ਹੀ ਉੱਥੋਂ ਲਿਆਉਂਦੇ ਹਾਂ ਲੈ ਕੇ ਆਉਂਦੇ ਹਾਂ ਵੀ ਵਿਚਾਰੇ ਇੱਥੇ ਸਾਰਾ ਪਰਿਵਾਰ ਪੀਂਦੇ ਆ ਪਰ ਇੱਦਾਂ ਨਾ ਹੁਣ ਦੇਖੋ ਸਰਕਾਰ ਨੂੰ ਇੱਦਾਂ ਚਾਹੀਦਾ ਵੀ ਇੰਨਾ ਹੁਣ ਆਪਾਂ ਕੋਰਟ ਨੇ ਵੀ ਹਾਈ ਕੋਰਟ ਨੇ ਵੀ ਸੁਪਰੀਮ ਕੋਰਟ ਨੇ ਵੀ ਸਾਡੇ ਆ ਉਹਨੂੰ ਦੇਖਿਆ ਵੀ ਬੰਦੇ ਤਾਂ ਇਹ ਬਿਲਕੁਲ ਸ਼ਾਂਤਮਈ ਕਰਦੇ ਆ ਕੰਮ ਕਿਉਂ ਇਹ ਸਰਕਾਰ ਪਤਾ ਨਹੀਂ ਵੀ ਇਹਦੇ ਸਮਝ ਨਹੀਂ ਲੱਗੀ ਵੀ ਇਹਨੂੰ ਕੀ ਇਹਦਾ ਨੁਕਸਾਨ ਕਾਹਦੇ ਕਰਦੀ ਆ ਹੁਣ ਸਾਨੂੰ ਤਾਂ ਮਿਲਿਆ ਸਾਡੀ ਬਾਣੀ ਦੇ ਵਿੱਚ ਆਉਂਦਾ ਵਿਛੜਿਆਂ ਨੂੰ ਮਿਲੇ ਪ੍ਰਭ ਦਰਗੇ ਕਾ ਬਸੀਟ ਇਹਦਾ ਆਪਾਂ ਨੂੰ ਸਾਨੂੰ ਕਦੇ ਪਿਛੜਿਓ ਸੀ ਅਸੀਂ ਮਿਲ ਲਿਆ ਹੁਣ ਸਾਡੇ ਮਹਾਰਾਜ ਦਾ ਪੰਜਵੇਂ ਪਾਤਸ਼ਾਹ ਦਾ ਹੁਕਮ ਆ ਆਪਣੇ ਰਾਖੀ ਦਾ ਉਹ ਕਰਦਾ ਆਪਣੇ ਸੇਵਕੀ ਆਪੇ ਰੱਖੇ ਆਪੇ ਨਾਮ ਜਪਾਵੇ ਜੈ ਜੈ ਕਾਜ ਕਿਰਤ ਸੇਵਕੀ ਤਹਾਂ ਤਹਾਂ ਉੱਠਤਾਵੇ ਸੇਵਕ ਉਹ ਨੈਗਟਿਵ ਹੋਏ ਦਿਖਾਵੇ ਜੋ ਜੋ ਕਹੇ ਠਾਕਰ ਪੈਸੇ ਤੱਤ ਖਾ ਲੋਏ ਤਿਸ ਸੇਵਕੇ ਹੋ ਬਲੇ ਸੋ ਆਪਣੇ ਪਾਵੇ ਤਿਸ ਕੀ ਸੋਏ ਸੁਣੇ ਮਨ ਹਰਿਆ ਤਿਸ ਨਾਨਕ ਪਰਸਨ ਆਵੇ ਉਹਦਾ ਸਾਡੇ ਅੰਗ ਸੰਗ ਆ ਸਾਨੂੰ ਇੰਨਾ ਵਿਸ਼ਵਾਸ ਆ ਕਿ ਅਸੀਂ ਬਾਣੀ ਪੜ੍ਹਦੇ ਹਾਂ ਹੁਣ ਸਾਨੂੰ ਕੋਈ ਫਿਕਰ ਨਹੀਂ ਇੱਥੇ ਆ ਗਏ ਹਾਂ ਇੱਥੇ ਨਾ ਕੋਈ ਖਾ ਪਿਆ ਅਸੀਂ ਸਾਡੀ ਟੀਮ ਬਹੁਤ ਵਧੀਆ ਸਾਰੇ ਇਹ ਆਪਣੇ ਗੁਰਦੁਆਰੇ ਦਾ ਪ੍ਰਧਾਨ ਆ ਇਹ ਸੈਕਟਰੀ ਆ ਮੈਂ ਆਪਣੇ ਘਰ ਦੀਆਂ ਸਰਕਲ ਪ੍ਰਧਾਨ ਉੱਥੇ ਪ੍ਰਧਾਨ ਇਹਦਾ ਉਹਦੇ ਕੁਦਰਤੀ ਸਾਡੀ ਟੀਮ ਇੱਦਾਂ ਦੀ ਬਣੀ ਆ ਪਹਿਲਾਂ ਕੁਛ ਛੱਡਿਆ ਸੀ ਅਸੀਂ ਕੰਮ ਆ ਮੁੜ ਕੇ ਫੇਰ ਹੀ ਫੜਿਆ ਅਸੀਂ ਤਾਂ ਇਹੀ ਹੁਣ ਇਹ ਕਹਿੰਦੇ ਹਾਂ ਸਰਕਾਰ ਨੂੰ ਚਾਹੀਦਾ ਕੁਛ ਵੀ ਤੂੰ ਉੱਦਾਂ ਉੱਥੇ ਜਾ ਕੇ ਦੱਸਦਾ ਕਿਸੇ ਦਾ ਜਨ ਅਸੀਂ ਹੁਣ ਤੇਰੇ ਕੋਲ ਆਏ ਹਾਂ ਤੂੰ ਤਾਂ ਸਭ ਤੋਂ ਕੁਛ ਸਮਾਂ ਖੱਟ ਲੈਂਦਾ ਤੂੰ ਤਾਂ ਐਸਾ ਤੇਰਾ ਹਾਲ ਹੋਣਾ ਤੇਰਾ ਇਹ ਤਾਂ ਕੀ ਕਰਨਾ ਜੀ ਇਹ ਬੰਦਾ ਦਾ ਬੱਚਿਆਂ ਵਾਲਾ ਨਹੀਂ ਹੈ ਇਹ ਤਾਂ ਜਿਹੜੀ ਆਪਣੀ ਟੀਮ ਹੈ ਨਾ ਸਾਰਾ ਉਹਨਾਂ ਬੱਚਿਆਂ ਦਾ ਇਹਨੇ ਬਹੁਤ ਨੁਕਸਾਨ ਕਰਨਾ ਅੱਗਾ ਵੀ ਇਹਦਾ ਗਿਆ ਇਹਦਾ ਪਿੱਛਾ ਵੀ ਜਾਣਾ ਉਹਨਾਂ ਦਾ ਇਹ ਬਿਲਕੁਲ ਬੇੜਾ ਗਰਕ ਕਰਦਾ ਇਹ ਪਾਰਟੀ ਜਾਣੀ ਰੋਲ ਕਾਂਗਰਸ ਮੁੜ ਕੇ ਆਉਣ ਦਾ ਇਰਾਦਾ ਨਾ ਸੀ ਪਰ ਇਹਨੂੰ ਮੁੜ ਕੇ ਇਹਦੇ ਮਾੜੇ ਕਾਰਨਾਮਿਆਂ ਨੇ ਉਹ ਮੁੜ ਕੇ ਆ ਜਾਣੀ ਜਾਂਦੀ ਜੀ ਮਤਲਬ ਕਹਿਣ ਦਾ ਭਾਵ ਤੁਸੀਂ ਪੂਰੇ ਡਟੇ ਹੋਏ ਹੋ ਸਰਕਾਰ ਭਾਵੇਂ ਜਿੰਨਾ ਵੀ ਸਮਾਂ ਲੈਂਦੀ ਹੈ ਜੋ ਵੀ ਹੁੰਦਾ ਹੈ ਤੁਸੀਂ ਆਪਣੇ ਇਸ ਸੰਘਰਸ਼ ਦੇ ਵਿੱਚ ਇਸੇ ਤਰ੍ਹਾਂ ਦੇ ਤਰੇ ਰਹੋ ਦੇਖੋ ਜਿੱਦਣ ਅਸੀਂ ਤੁਰੇ ਹਾਂ ਅਸੀਂ ਉੱਦਣ ਵੀ ਫਤਿਹਗੜ੍ਹ ਸਾਹਿਬ ਤੋਂ ਅਰਦਾਸ ਕਰਕੇ ਤੁਰੇ ਹਾਂ ਵੀ ਬਾਕੀ ਕਰਨਾ ਪਰਮੇਸ਼ਰ ਨੇ ਆ ਅਸੀਂ ਜਿਸ ਤਰ੍ਹਾਂ ਵੀ ਸਾਡੀ ਹਾਈ ਕਮਾਨ ਕਹੂਗੀ ਅਸੀਂ ਬਿਲਕੁਲ ਚੜ੍ਹਦੀ ਕਲਾ ਜਾਂ ਕਿਸੇ ਵੀ ਚੀਜ਼ ਦਾ ਸਾਡੇ ਚਿਹਰੇ 'ਤੇ ਉਦਾਸੀ ਕੋਈ ਨਹੀਂ ਸਭ ਤੋਂ ਮੀਡੀਆ ਵਾਲੇ ਵੀਰ ਤਾਂ ਉਹਦੇ ਦੇਖ ਲੈਂਦੇ ਆ ਕਿ ਬੰਦਾ ਉਦਾਸ ਬੈਠਾ ਜਾਂ ਮਜੂਸ ਬੈਠਾ ਕਿ ਚੜ੍ਹਦੀ ਕਲਾ ਤੁਹਾਡੇ ਬੰਦਾ ਹੀ ਖੁਸ਼ ਆ ਤੁਹਾਨੂੰ ਕੋਈ ਵੀ ਇੱਦਾਂ ਨਹੀਂ ਉੱਥੇ ਲੱਖਾਂ ਬੰਦਾ ਆਉਂਦਾ ਆ ਹਰ ਇੱਕ ਬੰਦੇ ਨੂੰ ਪੁੱਛ ਲਓ ਹਰ ਇੱਕ ਬੰਦੇ ਜਵਾਨ 'ਚ ਇਹੀ ਆ ਜਾਂ ਜਿੱਤ ਕੇ ਜਾਵਾਂਗੇ ਜਾਂ ਮਰ ਕੇ ਜਾਵਾਂਗੇ ਬਸ ਦੋਸਤੋ ਸਾਡੇ ਨਾਲ ਅੰਕਲ ਜੀ ਇੱਕ ਪਿੱਛੇ ਬੈਠੇ ਨੇ ਅਸੀਂ ਇਹਨਾਂ ਨੂੰ ਤਾਂ ਨਹੀਂ ਸੀ ਬੁਲਾਇਆ ਇਹ ਉਸ ਵਕਤ ਪਾਠ ਕਰ ਰਹੇ ਸੀ ਸਭ ਤੋਂ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਮਹਿਸੂਸ ਕਰਦੇ ਹੋ ਖਾਲਸਾ ਜੀ ਤੁਸੀਂ ਰਹਿਰਾਸ ਕਰਕੇ ਹਟੇ ਹੋ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਹਟੇ ਹੋ ਕੀ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਮਹਿਸੂਸ ਕਰ ਰਹੇ ਹਾਂ ਪਹਿਲਾਂ ਤਾਂ ਸਾਰਿਆਂ ਤੋਂ ਪਹਿਲਾਂ ਮੈਂ ਡੇਲੀ ਆਵਾਜ਼ ਦਾ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ ਕਿ ਜਿਹੜਾ ਇੰਨੀ ਠੰਡ ਦੇ ਵਿੱਚ ਸਾਡੇ ਕਿਸਾਨਾਂ ਦੀ ਆਵਾਜ਼ ਅਤੇ ਸਾਰੀ ਵਰਲਡ ਵਿੱਚ ਸੁਣਾਉਂਦੇ ਆ ਥੈਂਕ ਯੂ ਅਤੇ ਮਹਿਸੂਸ ਅਸੀਂ ਇੱਦਾਂ ਕਰ ਰਹੇ ਹਾਂ ਵੀ ਜਿਸ ਟਾਈਮ ਅਸੀਂ ਪਿੰਡੋਂ ਤੁਰੇ ਹਾਂ 25 ਤਰੀਕ ਨੂੰ ਅਸੀਂ ਤੁਰੇ ਹਾਂ ਅਤੇ 26 ਤਰੀਕ ਨੂੰ ਅਸੀਂ ਫਤਿਹਗੜ੍ਹ ਸਾਹਿਬ ਆ ਕੇ ਰਾਤ ਰਹੇ ਹਾਂ ਉੱਥੇ ਅਰਦਾਸ ਕਰਕੇ ਆ ਗਏ ਸੀ ਵੀ ਮਹਾਰਾਜ ਜਦੋਂ ਵਾਪਸ ਆਈਏ ਤੇਰੇ ਦਰ 'ਤੇ ਮੱਥਾ ਟੇਕ ਕੇ ਫੇਰ ਘਰ ਜਾਈਏ ਕਿ ਜਿੱਤ ਹਾਸਲ ਕਰਕੇ ਆਵਾਂਗੇ ਉੱਦਾਂ ਅਸੀਂ ਵਾਪਸ ਜਾਣ ਵਾਲੇ ਨਹੀਂ ਹੈਗੇ ਅਤੇ ਹਾਂਜੀ ਬਾਕੀ ਹੈਗੇ ਆ ਜਿਹੜੇ ਜਿਸ ਹਿਸਾਬ ਨਾਲ ਇਹਨੇ ਪ੍ਰਧਾਨ ਨੂੰ ਨਹੀਂ ਦੱਸਿਆ ਬਈ ਆਲੇ ਦੁਆਲੇ ਦੇ ਜਿਹੜੇ ਲੋਕ ਆ ਸਾਡਾ ਬਹੁਤ ਸਹਿਯੋਗ ਦੇ ਰਹੇ ਆ ਤੁਸੀਂ ਇਹ ਦੇਖੋ ਵੀ ਚਲੋ ਬਿਜਲੀ ਤਾਂ ਲੱਗੀ ਆ ਉਹ ਬਾਹਰ ਆਪਣਾ ਟੈਂਕਰ ਖੜ੍ਹਾ ਪਾਣੀ ਦਾ ਅੱਜ ਸਵੇਰੇ ਅਸੀਂ ਭਰਨ ਗਏ ਇੱਥੇ ਦਾ ਪਾਣੀ ਥੋੜ੍ਹਾ ਜਿਹਾ ਠੀਕ ਨਹੀਂ ਹੈਗਾ ਪੀਣ ਉਹ ਫੈਕਟਰੀ ਆ ਪਿੱਛੇ ਫਿਲਟਰ ਪਾਣੀ ਵੇਚਦੇ ਆ ਗਾਹਾਂ ਅਸੀਂ ਉਹਨਾਂ ਕੋਲ ਗਏ ਅਸੀਂ ਕਿਹਾ ਵੀ ਉਹ ਕਹਿੰਦੇ ਫਿਲਟਰ ਦਾ ਪਾਣੀ ਇਹ ਟੈਂਕਰ ਭਰ ਲਓ ਅਤੇ ਜਦੋਂ ਟੈਂਕਰ ਭਰ ਲਿਆ ਜਦੋਂ ਉਹਨੂੰ ਪੈਸੇ ਦੇਣ ਲੱਗੇ ਉਹ ਕਹਿੰਦਾ ਟੈਂਕਰ ਖਾਲੀ ਕਰ ਦਿਓ ਪੈਸੇ ਨਹੀਂ ਲੈਣ ਦੇਖੋ ਕਿੰਨੀ ਲੋਕਾਂ ਦੇ ਵਿੱਚ ਸ਼ਰਧਾ ਅਤੇ ਬਾਕੀ ਹੈਗਾ ਆ ਵੀ ਹੁਣ ਸਰਕਾਰ ਨੂੰ ਆਪ ਚਾਹੀਦਾ ਵੀ ਕਿੰਨੇ ਕਿਸਾਨ ਸਾਰੇ ਠੰਡ ਦੇ ਵਿੱਚ ਬੈਠੇ ਆ ਅਤੇ ਉਹਨਾਂ ਨੂੰ ਫੈਸਲਾ ਤਾਂ ਐਂਡ 'ਤੇ ਦੇਣਾ ਹੀ ਪੈਣਾ ਸਾਡੇ ਹੱਕ 'ਚ ਦੇਣਾ ਪੈਣਾ ਕੋਈ ਧੱਕੇ ਨਾ ਕਿਸੇ 'ਤੇ ਕੋਈ ਗੱਲ ਸੌਂਪ ਨਹੀਂ ਸਕਦੀ ਹੈ ਨਾ ਜੇ ਹੁਣ ਬਾਈ ਦੀ ਵੇ ਬਾਈ ਇਗਜ਼ਾਮਪਲ ਜੇ ਹੁਣ ਗਰਮੀ ਆ ਗਰਮੀ ਦੇ ਵਿੱਚ ਅਸੀਂ ਰਜਾਈ ਲੈ ਸਕਦੇ ਹਾਂ ਕਿਤੇ ਜਦੋਂ ਹੁਣ ਕਿਸਾਨ ਨਹੀਂ ਚਾਹੁੰਦੇ ਇਹ ਕਾਨੂੰਨ ਵੀ ਸਾਡੇ 'ਤੇ ਲਾਗੂ ਹੋਣ ਫਿਰ ਗੌਰਮੈਂਟ ਕਿਉਂ ਧੱਕੇ ਨਾਲ ਸਾਡੇ 'ਤੇ ਕਰ ਰਹੀ ਹੈ ਹੈ ਨਾ ਅਤੇ ਅਸੀਂ ਇਹੀ ਕਹਿਣਾ ਚਾਹੁੰਦਾ
ਬਈ ਇਹ ਤਿੰਨੇ ਕਰੂ ਕਾਨੂੰਨ ਰੱਦ ਕਰਨ ਤਾਂ ਅਸੀਂ ਵਾਪਸ ਆਪਣੇ ਘਰ ਜਾ ਕੇ ਤਾਂ ਆਪਣਾ ਕੰਮ ਕਰੀਏ। ਸੋ ਦੋਸਤੋ ਇਹ ਸਾਡੀ ਗੱਲਬਾਤ ਸੀ ਜਿਹੜੀ ਇਹਨਾਂ ਸਤਿਕਾਰਯੋਗ ਕਿਸਾਨ ਭਰਾਵਾਂ ਦੇ ਨਾਲ ਸੀ, ਇਹਨਾਂ ਬਜ਼ੁਰਗਾਂ ਦੇ ਨਾਲ ਸੀ। ਉਮਰਾਂ ਬੀਤੀਆਂ ਨੇ ਇਹਨਾਂ ਦੀਆਂ, ਕਿਸਾਨੀ ਕਰਦਿਆਂ ਕਰਦਿਆਂ ਦਾ ਸੰਘਰਸ਼ ਜਿਹੜਾ ਬੁਢਾਪੇ ਦੇ ਵਿੱਚ ਆ ਕੇ ਕਰਨਾ ਪਿਆ ਇਹਨਾਂ ਨੂੰ। ਦਿੱਲੀ ਸੁਣਿਆ ਕਰਦੇ ਸੀ ਕਿ ਬੜੀ ਦੂਰ ਹੈ, ਪਰ ਟਰੈਕਟਰਾਂ ਟਰਾਲੀਆਂ ਨਾਲ ਦਿੱਲੀ, ਘੋੜਿਆਂ ਨਾਲ ਦਿੱਲੀ ਜਿਹੜੀ ਉਹ ਪੰਜਾਬੀਆਂ ਨੇ ਨੇੜੇ ਕਰ ਲਈ ਹੈ। ਦੂਜੀਆਂ ਸਟੇਟਾਂ ਦੇ ਕਿਸਾਨ ਵੀ ਨਾਲ ਮੋਢੇ ਨਾਲ ਮੋਢਾ ਜੁੜ ਕੇ ਲੱਗੇ ਹੋਏ ਨੇ। ਉਮੀਦ ਕਰਦੇ ਹਾਂ ਇਹਨਾਂ ਦੀ ਮਿਹਨਤ ਨੂੰ ਸਰਕਾਰ ਵੱਲੋਂ ਜਿਹੜਾ ਜ਼ਰੂਰ ਸੁਣਿਆ ਜਾਵੇਗਾ, ਅਤੇ ਇਸੇ ਤਰ੍ਹਾਂ ਹੀ ਕਿਸਾਨਾਂ ਦੇ ਡਟੇ ਰਹਿਣ ਨੂੰ ਵੇਖ ਕੇ ਜਿਹੜੇ ਸਾਡੇ ਬਾਹਰ ਬੈਠੇ ਪੰਜਾਬੀ ਭਰਾ ਨੇ ਜਾਂ ਪੰਜਾਬ ਦੇ ਵਿੱਚ ਵੀ ਜਿਹੜੇ ਬੈਠੇ ਨੇ ਇਹਨਾਂ ਕਿਸਾਨਾਂ ਨੂੰ ਵੇਖ ਰਹੇ ਨੇ, ਉਹ ਬੜਾ ਜਜ਼ਬਾ ਭਰਦੇ ਆ ਉਹ ਇੱਕ ਦੂਜੇ ਦੇ ਵਿੱਚ ਕਿ ਵਾਕਈ ਇਹੋ ਜਿਹੀਆਂ ਧਾਰਨਾ ਜਿਹੜੀਆਂ ਪੇਸ਼ ਹੋਣੀਆਂ ਚਾਹੀਦੀਆਂ ਨੇ। ਇਸ ਉਮੀਦ ਦੇ ਨਾਲ ਆਪਾਂ ਫਿਰ ਅਗਲੇ ਪ੍ਰੋਗਰਾਮ ਦੇ ਵਿੱਚ ਹੋਵਾਂਗੇ ਹਾਜ਼ਰ। ਤਦ ਤੱਕ ਲਈ ਮੈਨੂੰ ਬਿੱਟੂ ਚੱਕ ਵਾਲਿਆਂ ਦਿਓ ਇਜਾਜ਼ਤ। ਧੰਨਵਾਦ।